ਕਿੱਦਾਂ ਭੈਣ ਪ੍ਰੀਤ? ਹੈਲੋ। ਹਾਂ ਕਿੱਦਾਂ ਭੈਣ ਚੰਨੋ, ਠੀਕ ਆ? ਮੈਂ ਵੀ ਠੀਕ ਆ। ਨੀ ਭੈਣੇ, ਤੂੰ ਦੀਪੇ ਦੇ ਵਿਆਹ ਜਾਣਾ ਭਲਾ? ਹਾਂ ਮੈਂ ਜਾਣਾ ਉਹਦੇ ਵਿਆਹ ਤੇ। ਆਹੋ ਹੋਰ ਕੀ, ਜਾਵਾਂਗੇ। ਚੱਲ ਆਇਆ ਸੀ ਕਾਰਡ ਸਾਨੂੰ ਵੀ। ਸੂਟ ਕਿਹੜਾ ਪਾ ਕੇ ਜਾਣਾ ਪਾਉਣਾ ਭੈਣੇ? ਮੇਰੇ ਕੋਲ ਕਿੱਥੇ ਚੱਜ ਦੇ ਸੂਟ ਲੈਣਾ ਪੈਣਾ ਆ। ਹੋਰ ਕੀ, ਵਿਆਹਾਂ ਤੇ ਆਹੀ ਟੈਨਸ਼ਨਾਂ, ਸੂਟਾਂ ਦੀਆਂ ਪਈਆਂ ਰਹਿੰਦੀਆਂ ਆ। ਲਓ। ਹਾਂ ਮੇਰੇ ਕੋਲ ਵੀ ਕੋਈ ਹੈ ਨੀ ਚੱਜ ਦਾ। ਚੱਲ ਚੰਗਾ, ਫਿਰ ਮਿਲਦੇ ਆ ਉੱਥੇ। ਆਂਕੇ ਬਾਏ ਬਾਏ। ਸਭ ਤੋਂ ਸੋਹਣਾ ਤਾਂ ਮੈਂ ਹੀ ਲੱਗੂੰਗੀ, ਦੇਖੀ ਜਾ। ਮੈਂ ਤਾਂ ਸਾਰਿਆਂ ਨੂੰ ਟੌਪ ਦਾ ਸੂਟ ਪਾ ਕੇ ਜਾਊਂਗੀ। ਜੋ ਮਰਜ਼ੀ ਕਰ ਲਵੇ, ਮੈਨੂੰ ਸੋਹਣੀ ਤਾਂ ਨਹੀਂ ਲੱਗ ਸਕਦੀ। ਜਿੰਨਾ ਮਰਜ਼ੀ ਮੇਕਅਪ ਕਰ ਲਵੇ, ਸੋਹਣੀ ਤਾਂ ਮੈਂ ਹੀ ਲੱਗੂੰਗੀ, ਉਹ ਤਾਂ ਨਹੀਂ ਲੱਗਦੀ, ਦੇਖੀ ਜਾ। ਨੀ ਕਿੱਦਾਂ ਭੈਣੇ? ਨੀ ਮੈਂ ਠੀਕ ਆ, ਤੂੰ ਦੱਸ ਕਿੱਦਾਂ? ਨੀ ਮੈਂ ਵੀ ਠੀਕ ਆ। ਨੀ ਸੁੱਖ ਨਾਲ ਬਾਹਲੀ ਸੋਹਣੀ ਲੱਗਦੀ ਆ। ਤੂੰ ਵੀ ਬਹੁਤ ਸੋਹਣੀ ਲੱਗਦੀ। ਨੀ ਕਿੱਥੇ ਭੈਣੇ, ਸਾਰਾ 4000 ਦਾ ਸੂਟ ਆ। ਮੇਰਾ ਵੀ 6000 ਦਾ ਆ। ਫਿਰ 2000 ਜੀਜੇ ਲੈ ਕੇ ਆਇਆ ਸੀਗਾ। ਮੇਰਾ ਤਾਂ ਡੁੱਬ ਜਾਣਾ, ਇਸ ਤੋਂ ਵੱਧ ਲੈ ਕੇ ਨੀ ਦਿੰਦਾ ਗਾ। ਕਿਉਂ, ਕੀ ਪਤਾ ਯਾਰ। ਚੱਲ ਕੋਈ ਚੱਲ ਕੋਈ ਛੱਡ, ਸੂਟ ਛੱਡ ਤੇ ਚੱਲ ਖਾਣ ਚ। ਨੀ ਹੋਰ ਕਿੱਦਾਂ, ਤੂੰ ਠੀਕ ਆ? ਮੈਂ ਠੀਕ ਆ, ਤੂੰ ਦੱਸ ਕਿੱਦਾਂ? ਮੈਂ ਤਾਂ ਠੀਕ ਆ ਨੀ ਭੈਣੇ, ਬੜਾ ਸਮਾਨ ਚੰਗਾ ਚੰਗਾ ਬਣਾਇਆ। ਮੈਂ ਕਹਿੰਦੀ ਪੇਟ ਭਰ ਲੈਣੀ, ਅੱਜ ਹੀ ਖਾ ਲੈਣੀ ਆ ਸਾਰਾ। ਆਹੋ ਕੀ ਨੀ ਭੈਣੇ, ਸ਼ਗਨ ਵੀ ਤਾਂ ਦੇਣਾ ਆ, ਜਿੰਨਾ ਦੇਣਾ ਆ ਦੁੱਗਣਾ ਖਾ ਕੇ ਜਾਂਦਾ। ਹੋਰ ਭੈਣੇ, ਮੈਂ ਤਾਂ ਲਫਾਫਾ ਲੈ ਕੇ ਆਈ ਆ, ਮੈਂ ਤਾਂ 2-4 ਦਿਨ ਦਾ ਸਮਾਨ ਪਾ ਕੇ ਲੈ ਜਾਣਾ ਪਰਦੇ ਨਾਲ। ਹੋਰ ਸੁਣਾ, ਤੇਰੇ ਨਿਆਣੇ ਨੂੰ ਠੀਕ ਆ? ਠੀਕ ਆ ਭੈਣੇ, ਤੂੰ ਦੱਸ? ਸੁੱਖ ਨਾਲ ਸਮਾਨ ਤਾਂ ਵਾਹਵਾ ਪਾਇਆ ਵਾ। ਆਹੋ ਰਸਗੁੱਲੇ, ਲੱਡੂ, ਪਕੌੜੇ। ਪਨੀਰ ਦੇ ਪਕੌੜੇ ਮਿਲੇ? ਨਾ ਨੀ ਭੈਣੇ, ਉਹ ਬਰਾ ਜਿਹੜੀ ਨੈਜਰ ਸੱਦਿਆ ਉਹ ਖਾ ਕੇ ਨੇੜ ਲੱਗੇ ਸਾਰੇ। ਸਾਨੂੰ ਤਾਂ ਹੀ ਮਿਲੇ ਆ ਗੰਢੇ ਤਾਲੂ ਵਾਲੇ ਅੱਗ। ਪਕਾਲ ਕਾਲੇ ਆਲੂ ਦੇ ਕੁੱਡ ਕੁੱਡੇ ਆਲੂ ਪਾਏ ਹੋ ਨੀ, ਵਾਹਿਗੁਰੂ। ਮੇਰੀ ਚੱਜ ਨਾ ਅੱਗ ਨਾ ਵੇਸਣ ਕੱਚਾ ਹੀ ਫਿਰਦਾ। ਇਹ ਹਲਵਾਈ ਵੀ ਮੈਨੂੰ ਸਦਾਈ ਸੱਦਿਆ ਆ, ਇੰਨੇ ਪੈਸੇ ਲਾ ਤੇ, ਕਹਿੰਦੇ ਵੀ ਵਾਹ 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 ਕਿੰਨੇ ਪੈਸੇ ਲੱਗ ਗਏ, ਕਹਿੰਦੇ ਵਿਆਹ ਤੇ ਸਾਡੇ ਤੇ ਖਰਚੇ, ਕਹਿੰਦੀ ਬੜਾ ਹੋ ਗਿਆ ਦੀ ਮਾਂ, ਕਹਿੰਦੇ ਦੀਪੇ ਦੀ। ਸਾਨੂੰ ਕਾਹਦੇ ਖਰਚੇ ਨਾ, ਸਾਨੂੰ ਤਾਂ ਅੱਗ ਲਾਉਣੇ ਆਲੂ ਵਾਲੇ ਪਕੌੜੇ ਮਿਲੇ। ਇਹ ਤੂੰ ਸਗਨ ਕਿੰਨਾ ਦੇਣਾ ਆ? 20 ਰੁਪਏ ਦੇ ਦਾਂਗੇ ਭੈਣਾ, ਆਲੂ ਵਾਲੇ ਪਕੌੜੇ ਮਿਲੇ ਉਹਨੇ ਤੇ 20 ਰੁਪਏ ਬਹੁਤ ਆ। ਇੰਨੇ ਹੀ 10 ਦੇ ਦੇਵਾਂਗੇ। ਗੱਲ ਤਾਂ ਤੇਰੀ ਵੀ ਉਦਾਂ ਸਹੀ। ਹੋਰ ਕੀ, ਚੱਲ ਦਫਾ ਕਰ, 10 ਹੀ ਦੇਵਾਂਗੇ, ਕਿੰਨੇ ਦੇਖਣਾ ਉੱਥੇ? ਆ ਲਫਾਫੇ ਚ ਪਾ ਕੇ ਏਦਾਂ ਦੇ ਕਰਕੇ ਬਾਅਦ ਵੀ ਉੱਥੇ ਕੌਣ ਦੇਖਦਾ? ਉੱਥੇ ਬੜਾ ਫਿਰ ਮੇਰੀ ਗੱਲ ਸੁਣ, ਆ ਮੂਵੀ ਆ ਜੇ ਕਿ ਖਰਾਬ ਆ ਗਿਆ, ਗੱਲ ਵੀ ਨਹੀਂ ਬਣ ਜਾਂਦਾ। ਮੂਵੀ ਲੱਗ ਗਿਆ, ਮੂਵੀ ਲੱਗ ਗਿਆ। ਫੋਟੋ ਖਿਚਾ ਲੈ ਇੱਕ। ਚੱਲ ਠੀਕ ਹੈ ਠੀਕ ਹੈ, ਇੱਕ ਇੱਕ ਚੀਜ਼ ਦੇ ਦੇਵੇ ਪਲੇਟ ਚ, ਕੀ ਰੱਖਿਆ ਕੀ ਨਹੀਂ ਰੱਖਿਆ ਹੈਗਾ। ਹੋਰ ਕੀ, ਕੱਢ ਕੇ ਵੀਡੀਓ ਤੇ ਦੇਖਣਗੇ ਨਾ ਕਿੰਨਾ ਕਰਦਾ ਕਿੰਨੇ। ਆਹੋ ਦਫਾ ਹੁਣ, ਤੇ ਸ਼ਗਨ ਧਿਆਨ ਨਾ ਪਾਉਣਾ ਵਾ। ਇਹ ਆਹ ਮੈਂ ਤਾਂ ਸ਼ਗਨ ਦੇ ਲੈਣਗੇ ਤੇ ਮੇਰੀ ਗੱਲ ਸੁਣ, ਸ਼ਗਨ ਪਾਵਾਂਗੇ ਜਦੋਂ ਮੀਵੀ ਵਾਲਾ ਇੱਧਰ ਉੱਧਰ ਹੋਊਗਾ। ਬਸ ਫਿਰ ਤੂੰ ਧਿਆਨ ਰੱਖੀ ਆਪ ਉਹਦਾ ਸ਼ਗਨ ਪਾ। ਤੈਨੂੰ ਪਤਾ ਮੇਰੇ ਭਤੀਜੀ ਦਾ ਵਿਆਹ ਸੀਗਾ, ਆਪਾਂ ਤਾਂ ਸਾਰੀ ਮੂਵੀ ਚ ਹੀ ਦੇਖ ਲਿਆ ਵੀ ਕਿਹਨੇ ਕਿਹਨੇ ਕਿੰਨਾ ਕਿੰਨਾ ਸ਼ਗਨ ਪਾਇਆ। ਤੈਨੂੰ ਪਤਾ ਪ੍ਰੀਤੋ ਜਿਹੜੀ ਸੰਤੇ ਹੋਣਾ ਕੀ, ਆਹੋ ਉਹਨੇ 5 ਰੁਪਏ ਪਾਏ। ਹੋਰ ਨੀ ਸਾਰੇ ਟੱਬਰ ਦੇ ਭਰ ਕੇ ਲੈ ਗਈ। ਗੁਲਾਬ ਜਾਮਣ ਪਾਏ ਆ, ਘਰ ਲੈ ਕੇ ਜਾਣੀ ਆਪਣੀ ਚਾਣੀ ਚੋਈ ਜਾਂਦੀ ਆ। ਹੋਏ ਨੀ, ਇਹ ਧਿਆਨ ਨਾਲ ਲਫਾਫਾ ਲੈ ਲੈਣਾ ਸੀਗਾ। ਨੀ ਅਗਲੋਂ ਲਫਾਫਾ ਤਾਂ ਲੈ ਕੇ ਆਈ ਸੀ, ਪਤਾ ਨੀ ਕਿੰਨੇ। ਮੈਂ ਤਾਂ ਆਪਦੇ ਮੁੰਡੇ ਦੇ ਲੈਣੇ ਪਕੌੜੇ, ਕਹਿੰਦੇ ਮੰਮੀ ਪਕੌੜੇ ਲੈ ਕੇ ਆਈ, ਕਿੰਨੇ ਦਿਨ ਹੋ ਗਏ ਪਕੌੜੇ ਨੀ ਖਾਧੇ। ਮੈਂ ਕਿਹਾ ਚੱਲ ਪਰਦੇ ਨਾ ਪਾਸ ਚ, ਇੱਥੇ ਕਿਹਨੂੰ ਪਤਾ। ਆਹੀ ਪਾਲੂ ਮੈਂ ਇੱਕ ਦੋ, ਮੈਂ ਕਹਿੰਦੀ ਨੀ ਆ ਸਮੋਸੇ ਕਿੱਥੋਂ ਲੈ ਕੇ ਆਈ ਤੂੰ? ਪਕੌੜਿਆਂ ਦੇ ਅਗਲੇ ਪਾਸੇ ਅੱਗ ਲੱਗੇ ਹੋਏ ਸੀਗੇ। ਇਹ ਮੈਨੂੰ ਤਾਂ ਮਿਲੇ ਨੀ ਹੈਗੇ, ਹੁਣ ਲੈ ਆ ਜਾ ਕੇ। ਤੂੰ ਦੇ ਦੇ ਇੱਕ। ਨਾ ਨੀ ਭੈਣੇ, ਮੈਂ ਤਾਂ ਆਪਦੇ ਜੋਗੇ ਲੈ ਕੇ ਆਈ ਹਾਂ। ਮੈਨੂੰ ਤਾਂ ਕਾਫੀ ਵੀ ਨੀ ਮਿਲੀ, ਤੈਨੂੰ ਕਾਫੀ ਮਿਲੀ? ਨੀ ਨਹੀਂ ਭੈਣੇ, ਖਤਮ ਹੋ ਗਈ ਲੱਗਦਾ ਉਹ ਵੀ। ਹਾਏ ਹਾਏ, ਚੱਲ ਮੈਂ ਪਾਣੀ ਵੀ ਲੈ ਆਨੀ ਆ, ਲੈ ਦੀ। ਗੱਲ ਸੁਣ, ਸੋਡਾ ਵੀ ਪਾਇਆ ਨਾ, ਬੱਤਾ ਵੀ ਪਾਇਆ, ਤੂੰ ਮੇਰੇ ਲਈ ਬੱਤਾ ਲੈ ਆਈ। ਇਹ ਅੱਛਾ, ਫਾਂਟਾ ਫੂੰਟਾ ਹੈਗਾ? ਫਾਂਟੇ ਦਾ ਤਾਂ ਪਤਾ ਨੀ ਭੈਣੇ, ਸੋਡਾ ਪਿਆ ਸੀ ਉੱਥੇ ਤੇ ਕੋਕਾ ਕੋਲਾ ਪਿਆ ਸੀਗਾ। ਮੇਰੇ ਲਈ ਵੀ ਲੈ ਗਲਾਸ ਜਿਹਾ ਗਈ। ਚੱਲ ਮੈਂ ਲੈ ਆਉਂਦੀ ਹਾਂ। ਇਹ ਕੈਨ ਜਿਹੇ ਦੀ ਪਏ ਮੈਂ ਦੇਖੇ ਪਹਿਲਾਂ ਉੱਥੇ, ਸਾਨੂੰ ਕੀ ਅੱਗ ਲੱਗਣਾ। ਇਹ ਚੱਲ ਚੱਲ ਉੱਠ ਚੱਲੀ ਹੈ, ਰੋਟੀ ਲੱਗ ਗਈ, ਰੋਟੀ ਵੱਲ ਹੁੰਦੀਆਂ ਆ ਹੁਣ। ਚੱਲ ਤੋਰ ਉੱਠ, ਚੱਲ ਚੱਲੀ ਚੱਲ ਵੀ ਚੱਲ। ਹਾਏ ਮੈਂ ਤਾਂ ਉੱਠ ਨਹੀਂ ਹੁੰਦਾ, ਇੰਨਾ ਖਾ ਲਿਓ।